ਕੀ ਨਾਂ ਤਾਂ ਹੈ ਤੁਹਾਡਾ? ਰਹਿਮਤੁੱਲਾ। ਹਾਂਜੀ ਰਹਿਮਤੁੱਲਾ ਗੁਜਰ ਜੀ। ਉੱਚਾ ਬੋਲੀ? ਹਾਂਜੀ ਰਹਿਮਤੁੱਲਾ ਗੁਜਰ। ਗੁਜਰ ਤੇ ਤਾਏ ਕਿਹੜਾ ਪਿੰਡ ਸੀ ਇੰਡੀਆ ਵਿੱਚ? ਫਤਿਹਪੁਰ ਟਪਰੀਆ। ਤੇ ਕਿੰਨੇ ਘਰ ਸੀ ਗੁਜਰਾਂ ਦੇ? 60 ਘਰ ਸੀ। ਤੇ ਸਰਦਾਰਾਂ ਦੇ? ਸਰਦਾਰ ਕੋਈ ਤਾਂ ਸੀ। ਹਿੰਦੂ? ਹਿੰਦੂ ਸਿੱਖ ਦਵਾਲਾ 3 ਘਰ ਸੀ। ਹਿੰਦੂਆਂ ਦੇ 3 ਘਰ ਸੀ? ਹਾਂ। ਤੇ ਨਾਲ ਤਾਏ ਕਿਹੜਾ ਕਿਹੜਾ ਪਿੰਡ ਸੀ? ਮੀਆਂਪੁਰ ਬਜਰਗ। ਮੀਆਂਪੁਰ ਬਜਰਗ। ਉੱਚਾ ਥੋੜ੍ਹਾ ਬੜੇ ਮੌਜ ਪਿੰਡ ਸੀ। ਕਾਫੀ ਵੱਡਾ ਛੋਟਾ? ਛੋਟਾ ਪਿੰਡ ਆ, 60 ਘਰ ਦੇ ਸਾਰੇ। ਤੇ ਕਿੰਨੀ ਉਮਰ ਸੀ ਤਾਏ ਤੇਰੀ ਉਦੋਂ? ਚਲੋ ਹੋਰ ਮੇਰੇ ਘਰ 12-14 ਸਾਲ, 12 ਸਾਲ ਹੋਏ, 10 ਸਾਲ ਹੋਏ, ਇੰਨੀ ਹੋਈ, 12 ਸਾਲ ਹੋਣੀ। ਅੱਛਾ। ਅਤੇ ਤਾਏ ਬੇਲੀ ਵੀ ਆਇਆ ਉੱਥੇ? ਨਹੀਂ, ਬੇਲੀ ਹੈਗੇ ਸੀ ਤੁਹਾਡੇ? ਆਹੋ, ਹਿੰਦੂਆਂ ਦੇ। ਆਹੋ, ਲਵਾਲੇ ਫੰਮਣ ਕਰਤਾਰਾ ਪ੍ਰਾਪ ਕਿਸੇ ਦੁਆਰਕਾ ਆਏ ਇਹਦੇ ਨਾਂ ਇਹਨਾਂ ਦੇ। ਕੀ ਨਾਂ ਸੀ ਉਹਨਾਂ ਦੇ? ਫੰਮਣ ਹੁਣ ਬਿਮਰਿਆ ਦੁਆਰਕਾ ਇੰਦਰ, ਹੁਣ ਉਹਦਾ ਮਰ ਗਿਆ, ਪਿੱਛੇ ਬੰਦੇ ਨੇ ਫੰਮਣ ਹੈਗਾ ਕੀ ਮੈਂ ਦੱਸਦਾ ਹੋਰ ਫੰਮਣ ਹੈ। ਬੱਕਰੀਆਂ ਜਾਣੀਆਂ, ਡੰਗਰ ਬੱਕਰੀਆਂ। ਤੇ ਆਪਣੇ ਸਾਰੇ ਸਲੋਕ ਨਾਲ ਰਹਿੰਦੇ ਹੈ? ਮੈਂ ਕਿਹਾ ਬੜੇ ਲਾਗ ਲਾਗ ਪਿੰਡਾਂ ਮਾਂ ਵੀ। ਤੇ ਤਾਏ ਤੁਹਾਡੇ ਵਾਲਦ ਦਾ ਕੀ ਨਾਂ ਹੈ? ਮਾਂ ਬਖਸ਼। ਮਾਂ ਬਖਸ਼ ਜੀ। ਅੱਛਾ, ਰਕਬਾ ਕਿੰਨਾ ਹੈ ਤਾਏ ਤੁਹਾਡਾ? ਸਾਡਾ ਇਕੱਲੇ ਦਾ? ਤੁਹਾਡੇ ਸਾਰੇ ਪਿੰਡ ਦਾ ਕਿੰਨਾ ਰਕਬਾ? ਇਹ ਨਹੀਂ ਪਤਾ, ਹੋਣਾ ਦੇਖਿਆ, ਤੈਨੂੰ ਪਤਾ ਵੀ 2-4-5 ਹਜ਼ਾਰ। ਤੇ ਤਾਏ ਸੁਣਿਆ ਹਿੰਦੂ ਤੁਹਾਡੇ ਨਾਲ ਪਿਆਰ ਬੜਾ ਕਰਦੇ ਹੁੰਦੇ? ਬੜਾ ਪਿਆਰ, ਬਹੁਤ ਪਿਆਰ। ਤੁਸੀਂ ਵੀ ਕਰਦੇ? ਅਸੀਂ ਜ਼ਿਮੀਂਦਾਰ ਕਰਦੇ ਨੇ, ਜੋਗਾ ਰੱਖੀਆਂ ਨੇ ਫਸਟ ਕਲਾਸ ਗੱਡੇ। ਡੰਗਰ ਡੋਗਰ ਕਿੰਨੇ ਤਾਏ ਤੁਹਾਡੇ? ਡੰਗਰ ਸਾਡੇ 5-10 ਹਰੇਕ ਪਾਰੇ, 5-7 ਹਰ ਕਿਸਮ ਦਾ। ਹਰ ਕਿਸਮ ਦਾ ਡੰਗਰ? ਹਰ ਕਿਸਮ ਦਾ, ਗਾਇਆ ਵੀ, ਬੱਕਰੀਆਂ ਵੀ, ਮੈਸਾਂ ਵੀ, ਊਂਟ ਵੀ, ਘੋੜੀਆਂ ਵੀ। ਅੱਛਾ, ਊਂਟ ਵੀ ਰੱਖੇ ਹੁੰਦੇ? ਤੇ ਰਕਬਾ ਕਿੰਨਾ ਹੈ ਤਾਏ? ਟੋਟਲ ਪਿੰਡ ਦੀ ਜ਼ਮੀਨ ਕਿੰਨੀ? ਮੈਂ ਨਹੀਂ ਪਤਾ ਕਿੰਨੀ ਹੈ ਪਿੰਡ ਦੀ ਜ਼ਮੀਨ, ਹੈ 1,00,000 ਰੁਪਈਆ, 2 ਲੱਖ, 2 ਲੱਖ ਰੁਪਈਆ ਹੋਣੀ ਹੈ। ਤੇ ਚੜ੍ਹਦੇ ਪਾਸੇ ਰਹਿੰਦੇ ਸੀ, ਲੈਂਦੇ ਪੈਸੇ? ਚੜ੍ਹਦੇ ਪਾਸੇ, ਚੜ੍ਹਦੇ ਪਾਸੇ। ਤੇ ਤੁਹਾਡੇ ਸਾਰੇ ਗੁਜਰਾਂ ਦੇ ਇਕੱਠੇ ਘਰ ਸੀ ਜਾਂ ਵੱਖਰੇ ਵੱਖਰੇ? ਇਕੱਠੇ, ਇੱਕੋ ਹੀ ਹੋਰ, ਤੁਹਾਡੇ ਵਿੱਚ ਕਿਸੇ ਹੋਰ ਦਾ ਘਰ ਨਹੀਂ ਰਹਿ, ਵਾਲੇ ਵੱਖਰੇ ਪਿੰਡ। ਤੇ ਤੁਸੀਂ ਸਕੂਲ ਨਹੀਂ ਜਾਂਦੇ ਰਹੇ? ਨਾ ਨਾ, ਗਏ ਪਹਿਲੀ ਜਵਾਨ ਜਿਹੜੇ ਅੱਡ ਗਏ, ਕੋਈ ਕੁਰਾਨ ਸ਼ਰੀਫ ਪੜ੍ਹਿਆ ਮਾੜਾ ਮੋਟਾ, ਉਹ ਵੀ ਮਾੜਾ ਮੋਟਾ। ਸਕੂਲ ਨਹੀਂ? ਨਾ, ਸਕੂਲ ਕੋਈ ਨਹੀਂ। ਅੱਛਾ, ਉਸ ਜ਼ਮਾਨੇ ਬੜਾ ਸਲੋਕ ਸੀ ਹੈ। ਮੈਂ ਕਿਹਾ ਖਿਦਰਾਬਾਦ 2,000 ਘਰ ਦਾ ਤਿੰਨ, ਉੱਥੇ ਸਕੂਲ ਨਹੀਂ ਲਾਏਗਾ। ਖਿਦਰਾਬਾਦ ਕਿੰਨੀ ਤੁਸੀਂ ਤੁਹਾਡੇ ਤੋਂ? ਇੱਕ ਮੀਲ। ਇੱਕ ਮੀਲ? ਇੱਕ ਮੀਲ ਸਾਡੀ ਪੈਣੀ ਖਿਦਰਾਬਾਦ ਵਾਲੀ ਸਾਰੀ ਸਾਰੀ। ਤੁਹਾਡੇ ਆਪਣੇ ਕਿੰਨੇ ਵਿਗੇ? ਆਪਣੇ ਆਪਣੇ 5 ਵਿਗੇ। ਕਿੰਨੇ? 5 ਏਕੜ ਤੇ ਵਿਗੇ? ਵਿਗੇ 12 ਏਕੜ। ਤਾਂ ਨੂੰ ਵੇਖੀ ਤਾਂ। ਅੱਛਾ, ਤੇ ਫਿਰ ਤਾਏ ਕਿਵੇਂ ਤੁਸੀਂ ਆਏ ਇੱਧਰ? ਕੱਢੇ ਸਿੱਖਾਂ ਨੇ ਰਾਤ ਨੂੰ, ਉਹ ਬੜੇ ਤੇ ਉਹ ਆ ਗਏ।
ਕਹਿੰਦੇ ਬੜਾ ਜ਼ੁਲਮ ਹੋਇਆ ਹੈ। ਵੱਡੇ ਬਹੁਤ 14 ਬੰਦੇ ਸਾਡੇ ਵੱਡੇ ਸਿਲੈਕਟ। Thank you.